साढ़े पंजाब नाल साढ़े कौम नाल पंजाबियों नाल धक्का ही होया। आजादी लेंदे ही सानू जराइम पेशा कौम डिकलेयर करता। तुसीं साढ़े तो कानून बना के साढ़े पानी खो गए, तुसीं लै गए साढ़े हक लै गए साढ़े नाल। तुसीं ये देखो 78 तो शुरू होया, अज तक किसी गल च सानू कोई इंसाफ नहीं मिलिया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਇਹ ਸਾਰੀ ਦੁਨੀਆ ਜਾਣਦੀ ਹੈ ਕਿ ਭਗਵੇਂ ਏਜੰਡਿਆਂ ਹੇਠ RSS ਦੀਆਂ ਰਣਨੀਤੀਆਂ ਆਏ ਦਿਨ ਪ੍ਰਬਲ ਹੁੰਦੀਆਂ ਜਾ ਰਹੀਆਂ ਨੇ। ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਫਿਲਮੀ ਹਸਤੀਆਂ ਨੂੰ ਅੱਗੇ ਕਰਕੇ ਪੰਜਾਬ ਦੀ ਆਵਾਮ ਨੂੰ ਲਗਾਤਾਰ ਧੋਖਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨ ਸਨੀ ਦਿਓਲ ਦੀ ਚੋਣਾਂ ਦੌਰਾਨ ਕੈਂਪੇਨ ਦੇ ਵਿੱਚ ਦੀਪ ਸਿੱਧੂ ਅੱਗੇ ਖੜ੍ਹੇ ਨਜ਼ਰ ਆਏ ਸਨ, ਜਿਨ੍ਹਾਂ ਨੇ ਵੱਧ ਚੜ੍ਹ ਕੇ ਸਨੀ ਦਿਓਲ ਦਾ ਸਾਥ ਦਿੱਤਾ, ਭਾਜਪਾ ਦਾ ਸਾਥ ਦਿੱਤਾ। ਪਰ ਆਪਣੇ ਕੁਝ ਕੌੜੇ ਐਕਸਪੀਰੀਅੰਸ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ ਕਿ ਕਿੱਦਾਂ ਭਗਵੇਂ ਏਜੰਡਿਆਂ ਹੇਠ ਇਹ ਕੱਟੜਵਾਦੀ ਸੋਚ ਘੁਣ ਵਾਂਗ ਖਾਣ ਲੱਗੀ ਹੋਈ ਹੈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ। ਤੁਸੀਂ ਆਪ ਸੁਣੋ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਮੇਰੇ ਤੁਹਾਡੇ ਨਾਲ ਰੂਬਰੂ ਹੋਣ ਦੀ ਜਿਹੜੀ ਵਜ੍ਹਾ ਉਹ ਬੜੀ ਖਾਸ ਆ। ਇਹਦੀਆਂ ਤੰਦਾਂ ਕਿਤੇ ਨਾ ਕਿਤੇ ਇਸ ਦੇਸ਼ ਦੇ ਹੁਕਮਰਾਨਾਂ ਨਾਲ ਜੁੜੀਆਂ ਹੋਈਆਂ, ਪਰ ਇਹ ਮੇਰੀ ਆਪਦੀ ਹੱਡ ਬੀਤੀ ਆ ਅਤੇ ਇਹ ਤੁਹਾਡੇ ਨਾਲ ਸ਼ੇਅਰ ਕਰਨੀ ਵੀ ਬੜੀ ਜ਼ਰੂਰੀ ਆ, ਕਿਉਂਕਿ ਕੁਛ ਨਾ ਕੁਛ ਬੰਦੇ ਇਹੋ ਜਿਹੇ ਜਾਂ ਕੁਛ ਗੱਲਾਂ ਇਹੋ ਜਿਹੀਆਂ, ਜਿਹੜੀ ਮੇਰੇ 'ਤੇ ਇਹ ਸਵਾਲ ਕੀਤਾ ਜਾਂਦਾ ਵੀ ਮੈਂ ਸਨੀ ਦਿਓਲ ਬਾਈ ਦੇ ਨਾਲ ਗੁਰਦਾਸਪੁਰ ਚੋਣਾਂ 'ਚ BJP ਦਾ ਸਾਥ ਦਿੱਤਾ। ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ, ਬੜਾ ਇਹਦੇ 'ਤੇ ਟਾਈਮ ਨਹੀਂ ਵੇਸਟ ਕਰਦੇ। ਗੱਲ ਇਹ ਆ ਵੀ ਇਹ ਡਿਸਾਈਡ ਹੋ ਗਿਆ ਵੀ ਸਨੀ ਦਿਓਲ ਬਾਈ ਚੋਣਾਂ ਲੜਨਗੇ। BJP ਨੇ ਉਹਨਾਂ ਨੂੰ ਅਪਰੋਚ ਕੀਤਾ, BJP ਵਾਲੇ ਕਹਿੰਦੇ ਵੀ ਸਾਡੇ ਖਾਤਰ ਤੁਸੀਂ ਚੋਣਾਂ ਲੜੋ ਪੰਜਾਬ 'ਚੋਂ ਅਤੇ ਖੜ੍ਹੇ ਹੋ। ਅਤੇ ਮੈਨੂੰ ਸਨੀ ਬਾਈ ਨੇ ਬੁਲਾਇਆ ਅਤੇ ਮੈਨੂੰ ਕਿਹਾ ਵੀ ਤੂੰ ਮੇਰੇ ਨਾਲ ਚੱਲੀ ਯਾਰ, ਤੈਨੂੰ ਪੰਜਾਬ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਹੈਗੀ ਆ, ਸੋ ਆਪਾਂ ਚੋਣਾਂ ਲੜਨੀਆਂ। ਹੁਣ ਉਦੋਂ ਤੱਕ ਮੈਂ ਵੀ ਜਿਵੇਂ ਬਹੁਤ ਸਾਰੇ ਸਾਡੇ ਹੋਰ ਬੰਦੇ ਇਹ ਬਹੁਤ ਗੱਲਾਂ ਤੋਂ ਜਾਣਕਾਰੀਆਂ ਜਾਗਰੂਕ ਨਹੀਂ ਹੋਣਗੇ, ਉਦੋਂ ਤੱਕ ਮੈਨੂੰ ਵੀ ਬਹੁਤ ਜ਼ਿਆਦਾ ਫਲਸਫੇ ਦੇ ਰਿਲੇਟਡ ਜਾਂ BJP ਦੇ ਫਲਸਫੇ ਦੇ ਰਿਲੇਟਡ ਵਾਲੀ ਜਾਣਕਾਰੀ ਨਹੀਂ ਸੀ। ਮੈਨੂੰ ਐਂ ਲੱਗਦਾ ਸੀ ਵੀ ਕੁਛ ਵਖਰੇਵੇਂ ਆ ਸਾਡੇ, ਸਾਡੀ ਕੌਮ ਨਾਲ ਕੁਛ ਵਖਰੇਵੇਂ ਆ ਇਹਨਾਂ ਦੇ, ਜਿਹੜੇ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਆ ਜਾਂ ਉਹ ਕਿਸੇ ਵੀ ਸਰਕਾਰ ਨਾਲ ਹੋ ਸਕਦੇ ਆ, ਕਿਉਂਕਿ ਅਸੀਂ ਤਾਂ ਰਹੇ ਹੀ ਬਾਗੀ ਬੰਦੇ ਹਾਂ, ਹਕੂਮਤਾਂ ਦੇ ਖਿਲਾਫ਼ ਲੜਦੇ ਰਹੇ ਹਾਂ, ਚਾਹੇ ਉਹ ਕਾਂਗਰਸ ਹੋਵੇ ਚਾਹੇ BJP ਹੋਵੇ। ਸੋ ਗੱਲ ਤੈਅ ਹੋ ਗਈ ਜੀ, ਨੋਮੀਨੇਸ਼ਨ ਹੋ ਗਈ, ਗੁਰਦਾਸਪੁਰ ਪਹੁੰਚ ਗਏ। ਉਦੋਂ ਪਹਿਲਾਂ ਮੈਂ ਕੁਛ BJP ਦੇ ਸੀਨੀਅਰ ਜਿਹੜੇ ਇਹਨਾਂ ਦੇ ਨੇਤਾ ਜਿਹੜੇ ਨੈਸ਼ਨਲ ਫੇਸ ਆ ਉਹਨਾਂ ਦੇ ਉਹਨਾਂ ਨਾਲ ਮਿਲਿਆ ਵੀ, ਹਾਲਾਂਕਿ ਉਹਨਾਂ ਨੇ ਕਿਸੇ ਨਾ ਕਿਸੇ ਕਨਵਰਸੇਸ਼ਨ ਦੇ ਥਰੂ ਜਾਂ ਕਿਸੇ ਨਾ ਕਿਸੇ ਅਪੀਅਰੈਂਸ ਦੇ ਥਰੂ ਉਹਨਾਂ ਨੂੰ ਇਹ ਵੀ ਲੱਗਿਆ ਵੀ ਇਸ ਮੁੰਡੇ 'ਚ ਹੈਗਾ ਥੋੜ੍ਹਾ ਬਹੁਤ ਦਮ। ਉਹਨਾਂ ਨੇ ਮੈਨੂੰ ਕਿਹਾ ਚੋਣਾਂ ਤਾਂ ਤੂੰ ਹੀ ਲੜਨੀ ਆ, ਤਾਂ ਇਹ ਗੱਲ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਮੂੰਹ ਦੀ ਸੀ। ਪਰ ਐਨੀਵੇਜ਼, ਮੈਂ ਕਦੇ ਵੀ ਆਪਦੇ ਕਿਸੇ ਸੋਸ਼ਲ ਹੈਂਡਲ 'ਤੇ, ਕਿਉਂਕਿ ਉਹ ਮੇਰੇ ਰੋਲ ਮਾਡਲ ਨਹੀਂ ਆ, ਨਾ ਤਾਂ ਇਹਨਾਂ ਦਾ ਕੋਈ ਨੇਤਾ ਮੇਰਾ ਰੋਲ ਮਾਡਲ ਆ, ਮੇਰੇ ਰੋਲ ਮਾਡਲ ਮੇਰੇ ਗੁਰੂ ਸਾਹਿਬਾਨ ਆ, ਸ਼ੁਰੂ ਤੋਂ ਹੀ ਰਹੇ ਆ। ਸੋ ਮੈਂ ਕਦੇ ਆਪਦੇ ਸੋਸ਼ਲ ਹੈਂਡਲ 'ਤੇ ਇਹਨਾਂ ਦੀਆਂ ਕੋਈ ਪਿਕਚਰਾਂ ਜਾਂ ਕੋਈ ਇਹਨਾਂ ਦੇ ਨਾਲ ਮੇਰੀ ਕੋਈ ਮੂਮੈਂਟ ਮੈਂ ਸ਼ੇਅਰ ਨਹੀਂ ਕੀਤੀ, ਕਿਉਂਕਿ ਮੈਂ ਉਹ ਗੱਲ 'ਚ ਬੜੀ ਵਿਸ਼ਵਾਸ ਨਹੀਂ ਰੱਖਦਾ। ਇਹਨਾਂ ਗੱਲਾਂ ਨੇ ਮੈਨੂੰ ਕੋਈ ਜ਼ਿਆਦਾ ਖੁਸ਼ੀ ਨਹੀਂ ਦੇਣੀ ਆ, ਐਕਸਾਈਟ ਨਹੀਂ ਕਰਦੀਆਂ ਇਹ ਗੱਲਾਂ ਮੈਨੂੰ। ਸੋ ਗੱਲ ਪਹੁੰਚਦੀ ਆ ਕਿ ਨੋਮੀਨੇਸ਼ਨ ਹੋ ਗਈ, ਨੋਮੀਨੇਸ਼ਨ ਤੋਂ ਬਾਅਦ ਉਸ ਇਲਾਕੇ 'ਚ ਥੋੜ੍ਹਾ ਜਿਹਾ ਆਪਦੀ ਜਿਹੜੀ ਅਸੀਂ ਚੋਣ ਮੁਹਿੰਮ ਆਰੰਭ ਕਰਤੀ ਤਾਂ ਹੁਣ BJP ਵਾਲਿਆਂ ਨਾਲ ਮੇਰੀ ਕਿਸੇ ਨਾ ਕਿਸੇ ਹੱਦ ਤੱਕ ਖਟਕਣੀ ਸ਼ੁਰੂ ਹੋ ਗਈ, ਕਿਉਂਕਿ ਉਹ ਗੱਲ ਕੁਛ ਹੋਰ ਕਹਿੰਦੇ ਸੀ, ਮੇਰੀਆਂ ਗੱਲਾਂ ਕੁਛ ਹੋਰ ਹੁੰਦੀਆਂ, ਅਸੀਂ ਉਸ ਗੱਲ 'ਤੇ ਵੀ ਆਉਂਦੇ ਹਾਂ ਵੀ ਆਪਾਂ ਕੀ ਗੱਲ ਹੁੰਦੀ ਸੀ ਉਹ। ਸੋ ਇੱਕ ਦਿਨ ਇਸੇ ਦੌਰਾਨ ਮੇਰੀ ਇੱਕ ਡਿਸਕਸ਼ਨ ਜਾਂ ਇੱਕ ਬਹਿਸ BJP ਦੇ ਜਾਂ RSS ਦੇ ਜਿਹੜੇ ਪੰਜਾਬ ਦੇ ਮੁਖੀ ਆ ਉਹਨਾਂ ਦੇ ਨਾਲ ਹੋਈ। ਉਸ ਬਹਿਸ ਦੇ ਦੌਰਾਨ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਸਾਡੀ ਕੌਮ ਨਾਲ ਜਾਂ ਸਾਡੇ ਜਿਹੜਾ ਪੰਥ ਆ ਸਿੱਖ ਪੰਥ ਜਾਂ ਪੰਜਾਬੀਆਂ ਨਾਲ ਤੁਹਾਡਾ ਆ ਘੁੰਡੀ ਕਿਉਂ ਫਸਦੀ ਆ, ਕਿਸ ਗੱਲ 'ਤੇ ਫਸਦੀ ਆ। ਸੋ ਉਹ ਗੱਲ ਚੱਲਦੀ ਚੱਲਦੀ ਫਲਸਫਿਆਂ 'ਤੇ ਆ ਗਈ, ਫਲਸਫਿਆਂ 'ਤੇ ਗੱਲ ਚੱਲਦੀ ਚੱਲਦੀ ਰਾਸ਼ਟਰਵਾਦ 'ਤੇ ਆ ਗਈ, ਰਾਸ਼ਟਰਵਾਦ ਤੋਂ ਚੱਲਦੀ ਚੱਲਦੀ ਉਹ ਇਹ ਗੱਲ ਕਹਿਣ ਲੱਗ ਗਏ ਵੀ ਅਸੀਂ ਰਾਸ਼ਟਰ ਦੇ ਹਿੱਤ 'ਚ ਸਭ ਕੁਛ ਕਰਦੇ ਹਾਂ। ਸੋ ਮੈਨੂੰ ਉਸ ਗੱਲ ਤੋਂ, ਮੈਂ ਆਪਦਾ ਪੱਖ ਦੱਸਿਆ ਜਾਂ ਆਪਦਾ
पक्ष रखिया उस बहस के दौरान। तो मैं ये भी सिख फलसफा या साड़ी एक पहचान या साड़ी कौम की पहचान या पंजाबियों की एक जिहड़ी साड़ी सोच आ उहदे बारे भी गल कीती, क्योंकि उन्हूं नैशनलिस्टिक अप्रोच या उस नैशनलिस्टिक दे जरिए दे ढंग नाल नहीं देखिया जा सकता। क्योंकि मैं उन्होंने गल्लां जिहड़ियां कीतियां, मैं कहा जी देखो जदों तो तुसीं आजादी लई आ तुसीं बीजेपी ते कांग्रेस तां इक सिर्फ पोलिटिकल फ्रंट हो, साडे पंजाब नाल साडी कौम नाल पंजाबियों नाल धक्का ही होया, आजादी लैंदे ही सानू जराइम पेशा कौम डिकलेयर करता तुसीं, साडे तो कानून बना के साडे पानी खो गए तुसीं, लै गए साडे हक लै गए साडे नाल। तुसीं ये देखो 78 तो शुरू होया अज तक किसी गल च सानू कोई इंसाफ नहीं मिलिया। तुसीं आर्थिक तौर पर देख लो, तुसीं राजसी तौर पर देख लो, साडे हथ निराशता ते दिशाहीनता ही आई है। सो एनीवेज गल चलती चलती किसी गल ते ना पहुंची, वह तो कहें भी नहीं असी तो राष्ट्र के हित चा थोनू वखरा ही नहीं समझते। मैं क्या यह भी गल इतें भी आके गल भिड़ी आ भिड़ी इस करके भी असी वखरे हाँ, साढ़े गुरु साहबाना ने सानू वखरा सिरजिया, क्योंकि ये साड़ी गल नहीं आ कल्ले पंजाबियों की गल नहीं आ, हर उस माइनोरिटी या घट गिणती वर्ग की गल आ जिहड़ा इस यूनियन च इस देश च थोड़े नाल वसदा, तुसीं उन्हां नाल सेंगना फसाई रखो। सो उन्हां दी जिहड़ी विलखणता उहनूं भी उस आइडेंटिटी नूं भी तुसीं सन्मान दिओ, क्योंकि ये जिहड़ी डेमोक्रेसी है ना इट इज़ नॉट बेस्ड ऑन असिमिलेशन, ये डेमोक्रेसी बेस्ड आ इंटीग्रेशन ते। सो The point was that the democracy which actually you talk about has to be based on integration. ए जिहड़ी बायोडाइवर्सिटी आ जिवें या कल्चरल डायवर्सिटी आ इहनूं, क्योंकि साडे गुरुआं दे जिहड़े आदर्श आ उन्होंने सिखाया ही इह आ, उन्होंने सरबत की गल की आ, सरबत दे भले की गल की आ, उही गल असीं करदे आ। सो एनीवेज इस गल ते कई गल्लां ते ओ मेरे नालों उन्हां दे वखरेवें सी, मेरे वखरेवें सी, मैं नहीं मन्निया, मैं अड़ गया आपदी गल ते, क्योंकि जिहड़ी गल सही सी ओह सही सी। हुण अगले दिन असीं दिल्ली जाणा सी, दिल्ली जाणा सी तां एक फरमान उन्हां दे अंदर ही कितें जारी हो गया भी इस मुंडे नूं बीजेपी जॉइन कराओ। हुण मैं अगले दिन सनी बाई नाल दिल्ली बैठा ते उत्थे इक उन्हां दा सीनियर लीडर आया ते कहिंदे भी इहनूं बीजेपी जॉइन कराओ, चोणां वास्ते बहुत जरूरी है। मैं कहा जी चोणां वास्ते ये की गल जरूरी आ, मैं तो अज तक बीजेपी के नाते वोट नहीं मंगी, मैं सिर्फ सनी देओल नूं सपोर्ट करना आया, तो सनी देओल नूं ही कहना वोटा पाओ, मेरी कोई तुसीं इंटरव्यू या कोई स्पीच सुन लो। सो मैं नहीं बीजेपी ज्वाइन करूँगा, तो मैं कोरी ना करती। हुण जदों ना होगी तो मेरे नाल होर जिहड़ी सी घुंडी फसन लग गई, एक दिन वह हुण है नहीं इस दुनिया च, उन्हां दी गल करन दी कोई कैरेक्टर वाइज या मैनू बाली वधिया नहीं लगती, पर मैं फिर भी कर दिना इस करके कर दिना ये गल कि जाके आपां इहनूं जोड़ना, उस जोड़न वास्ते उस गल नूं जोड़न वास्ते मैं ये गल कर देना। कमल शर्मा जी जिहड़े इंचार्ज सी सारी इलैक्शन दे गुरदासपुर पठानकोट होर सारी इलैक्शन दे इंचार्ज सी बीजेपी दे, उन्होंने एक गल जिहड़ी सामने रखी भी असी सनी बाई नूं लैके निरंकारियां दे प्रचार करन जाणा। हुण मैं इस गल ते अड़ गया जी, इस गल ते अड़ गया, मैं कहा साडी गल ही उत्थों शुरू हुई आ, असी तो उत्थे वड़ गए तो असी किसे साडे कोले रह की गया, मुड़ के कुछ नहीं रह गया, सो असी नहीं उत्थे वड़ सकते। अच्छा वह कहिंदे नहीं जी थोनू थोनू की पता, मैनू कहिंदे तैनू की पता, सियासी लोग हर बंदे दे जांदे हुंदे। मैं कहा जी असी इहो जिहे सियासी लोग नहीं आ, आत्मा वेच के नहीं किते जाया जांदा, जिद्दे आत्मा वेचती फिर जिहड़ा मर्जी अहुदा आ जाए जिन्नियां मर्जी दौलतां आ जाण उहदा कोई फायदा नहीं। एनीवेज उस गल ते गल वध गई, गल आर्गूमेंट ते आ गई, गल इस मौके तक पहुँच गई, मैं क्या ए करो फिर तुसीं जाके दिखाओ उत्थे या सनी बाई नूं लिजा के दिखा दो उत्थे। अगली गल मैं क्या जे हुण बाली गल आ तो तैनूं इत्थों मैं बठिंडे ताईं घड़ीसूंगा कमल शर्मा, इत्थों तक गल पहुँच गई ते मैं उत्थों लिटरली उह पूरी एक मीटिंग उहनां दी बीजेपी दी लीडरशिप जिहड़ी लोकल आ उहनां दी बैठी सी ते मैं बड़े ता चा के बड़े गुस्से चा के, क्योंकि जदों गल कितें अंदर वजदी है थोड़े तो जज्बात भी थोड़े कई बार बाहर आ जाते हैं, इस करके अदरवाइज सारे बंदे अपने सत्कारयोग होंगे आ, मैं कदे नहीं चाहता हूँ भी मैं आपका आपा खोह, पर कई मौके यहोजे आ जाते हैं जिथे तुम एक गल थोनू किसी होर ढंग भी जाहिर करनी पै सकती है। हालांकि मैं उतो उठ के आ गया
ਸੋ ਉੱਠ ਕੇ ਜਦੋਂ ਮੈਂ ਆ ਗਿਆ ਤੇ ਗੱਲ ਇਹ ਹੋ ਗਈ ਵੀ ਐਂਡ 'ਚ ਇਹ ਗੱਲ ਨਿਬੜੀ ਵੀ ਨਹੀਂ ਜਾਣਾ ਜੀ ਉੱਥੇ ਤਾਂ ਚਲੋ ਇਹ ਗੱਲ ਨਿਬੜ ਗਈ ਇਹ ਗੱਲ ਨਿਬੜ ਗਈ ਚੋਣਾਂ ਹੋ ਗਈਆਂ ਚੋਣਾਂ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਇਹਦੇ 'ਤੇ ਹੋਰ ਜ਼ਿਆਦਾ ਸਟੱਡੀ ਜਾਂ ਅਧਿਐਨ ਕਰਨਾ ਸ਼ੁਰੂ ਕੀਤਾ ਉਸ ਅਧਿਐਨ 'ਚ ਜਾਂ ਉਸ ਸਟੱਡੀ 'ਚ ਮੈਨੂੰ ਇਹ ਗੱਲ ਪਤਾ ਲੱਗੀ ਵੀ ਜਿਹੜੀ ਗੱਲ ਜਿਹੜੇ ਫਲਸਫੇ ਨੂੰ ਇਹ ਅੱਜ ਦੀ ਡੇਟ 'ਚ ਆਪਦੇ ਅੰਦਰ ਮਿਲਾ ਰਹੇ ਆ ਜਾਂ ਉਹਨੂੰ ਉਹਨੂੰ ਉਸ ਫਲਸਫੇ ਨੂੰ ਇਹ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਸਾਡੀ ਐਜੂਕੇਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਸਾਡੇ ਆਦਰਸ਼ ਆ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਚੀਜ਼ਾਂ ਦਾ ਜਾਂ ਇਹਨਾਂ ਦੇ ਫਲਸਫੇ ਦਾ ਜਦੋਂ ਤੱਕ ਪੂਰਨ ਤੌਰ 'ਤੇ ਸੰਪੂਰਨ ਤੌਰ 'ਤੇ ਖੰਡਨ ਨਹੀਂ ਕੀਤਾ ਜਾਊਗਾ ਉਦੋਂ ਤੱਕ ਗੱਲ ਨਹੀਂ ਬਣਨੀ ਸੋ ਮੈਂ ਉਸ ਗੱਲ ਨੂੰ ਸਮਝ ਕੇ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਸ਼ੁਰੂ ਕਰਤਾ ਖੰਡਨ ਇਸ ਤਰ੍ਹਾਂ ਸ਼ੁਰੂ ਕਰਤਾ ਮੈਂ ਸਾਡੀ ਪੰਜਾਬੀਅਤ ਨੂੰ ਸਾਡੇ ਪੰਜਾਬ ਨੂੰ ਸਾਡੇ ਲੋਕਾਂ ਨੂੰ ਸਾਡੀ ਧਰਤੀ ਨੂੰ ਪਹਿਲ ਦੇਣੀ ਸ਼ੁਰੂ ਕਰਤੀ ਇਹਨਾਂ ਰਵਾਇਤੀ ਹਿੰਦੁਸਤਾਨ ਦੀਆਂ ਜਾਂ ਇਸ ਇੰਡੀਆ ਦੀਆਂ ਜਾਂ ਇਸ ਨੈਸ਼ਨਲ ਪਾਰਟੀਆਂ ਜਾਂ ਸਾਡੇ ਪੰਜਾਬ ਦੀਆਂ ਵੀ ਕੋਈ ਰਵਾਇਤੀ ਪਾਰਟੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀ ਗੱਲ ਕਰਦੀਆਂ ਉਹਨਾਂ ਨੂੰ ਸ਼ਰੇਆਮ ਮੈਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਬਾਈ ਜੀ ਜੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ ਤਾਂ ਸਾਡੇ ਸਮਝ 'ਚ ਨਹੀਂ ਆ ਸਕਦੀ ਅਸੀਂ ਗੱਲ ਉਹਦੀ ਸੁਣਾਂਗੇ ਜਾਂ ਉਸ ਬੰਦੇ ਨਾਲ ਹੀ ਬੈਠਾਂਗੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਸੋ ਗੱਲ ਇੱਥੇ ਆ ਗਈ ਜੀ ਹੁਣ ਪੰਜਾਬ 'ਤੇ ਜਦੋਂ ਪੰਜਾਬ 'ਤੇ ਗੱਲ ਆਉਂਦੀ ਆ ਫਿਰ ਇਸੇ ਕਰਕੇ ਜੋ ਅੱਜ ਮੇਰਾ ਜੋ ਵੀ ਬਿਆਨ ਹੋਵੇ ਜਾਂ ਮੇਰੀ ਜੋ ਵੀ ਕੋਈ ਸਟੇਟਮੈਂਟ ਹੋਵੇ ਜਾਂ ਕੋਈ ਲਾਈਵ ਸੈਸ਼ਨ ਹੋਵੇ ਮੈਂ ਸਿਰਫ ਮੁੱਖ ਆਪਦੀ ਧਰਤੀ ਨੂੰ ਅਤੇ ਆਪਦੇ ਲੋਕਾਂ ਨੂੰ ਰੱਖਦਾ ਮੇਰੇ ਲਈ ਉਦੋਂ ਜ਼ਿਆਦਾ ਉੱਤੇ ਹੋਰ ਕੋਈ ਗੱਲ ਮੈਨੇ ਨਹੀਂ ਰੱਖਦੀ ਸੋ ਇਹ ਗੱਲ ਹੁਣ ਇੱਥੇ ਆ ਕੇ ਇਹ ਮੇਰੇ 'ਤੇ ਮੁੱਕ ਜਾਂਦੀ ਆ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਇੱਕ ਵਿੱਚ ਦੀ ਹੋਰ ਕੀਤੀ ਸੀ ਵੀ ਸਾਡੇ ਇਤਿਹਾਸ ਨੂੰ ਜਾਂ ਸਾਡੀ ਸਿੱਖਿਆ ਪ੍ਰਣਾਲੀ ਨੂੰ ਕਿਵੇਂ ਬਦਲਿਆ ਜਾ ਰਿਹਾ ਇਹ ਗੱਲ ਬਹੁਤ ਡੂੰਘੀ ਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਹੁਤ ਜ਼ਿਆਦਾ ਇਸ ਗੱਲ ਨੂੰ ਜਾਂ ਇਸ ਗੱਲ 'ਤੇ ਮੈਂ ਗੱਲ ਤਾਂ ਅੱਜ ਕਰਨੀ ਸੀ ਪਰ ਇਸ ਗੱਲ 'ਤੇ ਆਪਾਂ ਕਿਸੇ ਹੋਰ ਦਿਨ ਚਰਚਾ ਕਰਾਂਗੇ ਕਿਉਂਕਿ ਇੱਕ ਮੁੱਦਾ ਪੰਜਾਬ 'ਚ ਬਹੁਤ ਭਖਿਆ ਹੋਇਆ ਅਤੇ ਹੌਲੀ ਹੌਲੀ ਉਹਨੇ ਫਿਰ ਨਿਕਲ ਜਾਣਾ ਕਿਉਂਕਿ ਸਾਡੀ ਆਦਤ ਆ ਅਸੀਂ ਕਦੇ ਇੱਕ ਮੁੱਦੇ ਨੂੰ ਕਦੇ ਦੂਜੇ ਮੁੱਦੇ ਨੂੰ ਕਦੇ ਤੀਜੇ ਮੁੱਦੇ ਨੂੰ ਕਦੇ ਐਂ ਚੌਥੇ ਨੂੰ ਚੱਕ ਲੈਂਦੇ ਹਾਂ ਪਰ ਉਹਨਾਂ ਨੂੰ ਸਮੁੱਚਤਾ 'ਚ ਨਹੀਂ ਦੇਖਦੇ ਜਦੋਂ ਤੱਕ ਅਸੀਂ ਸਮੁੱਚਤਾ 'ਚ ਮੁੱਦਿਆਂ ਨੂੰ ਵਿਚਾਰਾਂਗੇ ਨਹੀਂ ਤਾਂ ਸਾਡੇ ਕੋਲ ਹੱਲ ਨਹੀਂ ਲੱਭਣਾ ਸਾਨੂੰ ਕੋਈ ਜਾਂ ਜਦੋਂ ਤੱਕ ਸਿਰ ਜੋੜ ਕੇ ਨਹੀਂ ਬੈਠਾਂਗੇ ਸਾਨੂੰ ਕੋਈ ਹੱਲ ਨਹੀਂ ਲੱਭਣਾ ਸੋ ਇਸ ਕਰਕੇ ਜਿਹੜੀ ਮੈਂ ਗੱਲ ਕਰਨ ਜਾ ਰਿਹਾ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਆ ਹੁਣ ਉਹ ਮਿਸਿੰਗ ਆ ਜਿਹੜੇ ਉਹ ਹਜੇ ਤੱਕ ਨਾ ਤਾਂ ਕੋਈ ਅਥਾਰਿਟੀ ਉਹਦਾ ਜਵਾਬ ਦੇਣ ਵਾਸਤੇ ਤਿਆਰ ਆ ਨਾ ਹੀ ਕੋਈ SGPC ਦਾ ਮੈਂਬਰ ਉਹਦਾ ਜਵਾਬ ਦੇਣ ਵਾਸਤੇ ਤਿਆਰ ਆ ਬਾਈ ਜੀ ਗੱਲ ਇਹ ਆ ਉਹ ਸਰੂਪ ਹੈ ਨਾ ਜਿਹੜੇ ਉਹ ਫਾਸਲਾ ਤੈਅ ਕਰਕੇ ਆ ਪੰਜਾਬ ਤੋਂ ਨਾਗਪੁਰ ਤੱਕ ਦਾ ਹੁਣ ਤੁਸੀਂ ਇਹ ਦੇਖ ਲਓ ਜੇ ਉੱਥੋਂ ਤੱਕ ਗੱਲ ਪਹੁੰਚ ਗਈ ਆ ਫਿਰ ਸਾਡੇ ਪੱਲੇ ਕੀ ਰਹਿ ਗਿਆ ਸਾਡੇ ਪੱਲੇ ਕੁਛ ਨਹੀਂ ਰਿਹਾ ਫਿਰ ਸੋ ਇਸ ਕਰਕੇ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਪਛਾਣੋ ਵੀ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਸਾਡੇ ਗ੍ਰੰਥਾਂ ਨੂੰ ਬਦਲਿਆ ਜਾ ਰਿਹਾ ਸਾਡੀ ਐਜੂਕੇਸ਼ਨ ਨੂੰ ਬਦਲਿਆ ਜਾ ਰਿਹਾ ਤੁਸੀਂ ਇੱਕ ਮੇਰੀ ਅਰਦਾਸ ਆ ਸੰਗਤ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜਿਹਦੇ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੁਰਾਣੀ ਪਈ ਆ ਜਾਂ ਗੁਟਕਾ ਸਾਹਿਬ ਪਿਆ ਉਹਨੂੰ ਸਾਂਭ ਕੇ ਰੱਖ ਲਓ ਕਿਸੇ ਨੂੰ ਨਹੀਂ ਦੇਣਾ ਵੀ ਇਹਦਾ ਸੰਸਕਾਰ ਹੋ ਜਾਏ ਕਿਉਂਕਿ ਇਹ ਬਹੁਤ ਵੱਡੀ ਸਾਜਿਸ਼ ਆ ਇੱਕ ਇਸ ਸਾਜਿਸ਼ ਨੂੰ ਅਸੀਂ ਸਾਰੇ ਜਦੋਂ ਤੱਕ ਮਿਲ ਕੇ ਨਹੀਂ ਲੜਦੇ ਇਸ ਸਾਜਿਸ਼ ਦੇ ਅਗੇਂਸਟ ਅਸੀਂ ਖੜ੍ਹੇ ਨਹੀਂ ਹੁੰਦੇ ਉਦੋਂ ਤੱਕ ਇਹ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਕਿਉਂਕਿ ਤੁਸੀਂ ਇਹ ਦੇਖੋ ਜਿਹੜੇ ਹਥਿਆਰਾਂ ਦੀ ਲੜਾਈ ਆ ਨਾ ਜਿਹੜੀ ਉਹ ਬਾਹਲੀ ਦੇਰ ਤੱਕ ਨਹੀਂ ਲੜੀ ਜਾ ਸਕਦੀ ਹੁੰਦੀ ਹਥਿਆਰਾਂ ਦੀ ਲੜਾਈ ਇੱਕ ਜਗ੍ਹਾ ਆ ਕੇ ਖਤਮ ਹੋ ਜਾਂਦੀ ਆ ਉਹ ਤੋਂ ਬਾਅਦ ਸਾਡੀ ਲੀਡਰਸ਼ਿਪ ਨੇ ਸਾਨੂੰ ਕੋਈ ਨਵੇਂ ਪੈਂਤਰੇ ਦੇਣੇ ਹੁੰਦੇ ਆ ਸਾਨੂੰ ਕੋਈ ਨਵੀਂ ਰਣਨੀਤੀ ਘੜਨੀ ਹੁੰਦੀ ਆ ਪਰ ਸਾਡੀ ਤਾਂ ਲੀਡਰਸ਼ਿਪ ਹੀ ਹੈ ਨਹੀਂ ਨਾ ਸਾਡੇ ਕੋਲ ਰਾਜਸੀ ਲੀਡਰ ਆ ਨਾ ਸਾਡੇ ਕੋਲ ਤੁਸੀਂ ਇਹ ਕਹਿ ਲਓ ਵੀ ਧਾਰਮਿਕ ਲੀਡਰ ਆ ਜਿਹੜੇ ਰਾਜਸੀ ਲੀਡਰ ਆ ਉਹ ਦਿੱਲੀ ਦੀ ਗੁਲਾਮੀ ਕਰਦੇ ਆ ਉਹਨਾਂ ਦਾ ਪਾਣੀ ਭਰਦੇ ਆ ਜਿਹੜੇ ਧਾਰਮਿਕ ਲੀਡਰ ਆ ਉਹ ਸਾਡੇ ਜਿਹੜੇ ਉੱਥੇ ਸੂਬੇ 'ਚ ਬੈਠੇ ਲੀਡਰ ਆ ਉਹਨਾਂ ਦਾ ਪਾਣੀ ਭਰਦੇ ਆ ਹੁਣ ਅਸੀਂ ਕਿਹਦੇ ਕੋਲੋਂ ਆਸ ਰੱਖਾਂਗੇ ਸੋ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਆ ਵੀ ਤੁਸੀਂ ਸਾਰੇ ਜਦੋਂ ਤੱਕ
समूहक रूप च खड़े नहीं होंगे, जागरूक नहीं होंगे। इहदा हल एजुकेशन, मॉडर्न एजुकेशन भी नहीं है, इहदा हल साडियां रवायतां, साडी रवायती एजुकेशन, साडे रवायती आदर्श, जिहड़े गुरु साहिबान ने सानू आदर्श दित्ते सी, उही आ। आपदे आप नू जागरूक करो, आपदे आप नू इस लड़ाई लई तैयार करो, क्योंकि ये लड़ाई मेरे कल्ले दी नहीं आ, ये लड़ाई सारे पंजाब दी, साडी पंजाबीयत दी ते सारी कौम दी लड़ाई है जी। ते मेरे लई कोई मेरा अकालियां नाल वैर नहीं आ, कोई मेरा होर बीजेपी कांग्रेस या जिहड़ा आप पार्टी नाल वैर नहीं आ। मेरी लड़ाई जिहड़ी आ मेरी कौम खातर है जी, उन्हां खातर खड़े आ असीं। ते जिहड़ी पार्टी चाहे बीजेपी अकाली कांग्रेस आप इहदे अगेंस्ट कोई गल करूगी, असीं उन्हां नूं भंडांगे ते असीं उहदी निंदिया करांगे, ते असीं आपदी रणनीति भी घड़ांगे, नवें पैंतरे भी घड़ांगे। क्योंकि तुसीं इह देखो, असीं आपदियां ही लत्तां खिच्चण लग जांदे आ, यार इह तां देख लो गल की हो रही आ। गल मैं बीजेपी की सपोर्ट की कि सनी ब्याज की सपोर्ट की नहीं हो रही, गल कोई बाली वड्डी है, लड़ाई बाली वड्डी आ। सो होर ही पासे तुरे फिरते हो पतंदरों, असल गल ते आओ, असल गल नू पछाणो, असल लड़ाई नू पछाणो। तो मेरी थोनू सारे नू यही अरदास आ, बाकी होर बथेरिया गल्लां जिहड़ियां आपां करांगे, पर अज एक छोटा जिहा सैशन थोड़े नाल करना बहुत जरूरी सी। ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ। ਗੁਰ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ, ਜੋ ਵੀ ਪੰਜਾਬ ਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਉਸ ਨੂੰ ਵੱਖਵਾਦੀ ਕਹਿ ਕੇ, ਅੱਤਵਾਦੀ ਕਹਿ ਕੇ ਕਿਸੇ ਨਾ ਕਿਸੇ ਤਰੀਕੇ ਜੇਲ੍ਹਾਂ ਵਿੱਚ ਟੱਕ ਦਿੱਤਾ ਜਾਂਦਾ ਹੈ, ਜਾਂ ਯੂ ਆਪਾ ਜਿਹੀਆਂ ਧਾਰਾਵਾਂ ਲਾ ਕੇ ਪੂਰੇ ਪਰਿਵਾਰ ਨੂੰ ਅਜਿਹੇ ਭੰਬੜ ਭੂਸੇ ਵਿੱਚ ਪਾ ਦਿੱਤਾ ਜਾਂਦਾ ਹੈ ਕਿ ਪੂਰਾ ਦਾ ਪੂਰਾ ਪਿੰਡ, ਪੂਰਾ ਦਾ ਪੂਰਾ ਇਲਾਕਾ ਇੱਕ ਟੱਬਰ ਨੂੰ ਦੇਖ ਕੇ ਹੀ ਸਹਿਮ ਜਾਂਦਾ ਹੈ, ਅਤੇ ਕੋਈ ਹੱਕ ਸੱਚ ਦੀ ਆਵਾਜ਼ ਵੀ ਨਹੀਂ ਬੁਲੰਦ ਕਰਦਾ। ਸਰਕਾਰਾਂ ਨੂੰ ਆਪ ਚਾਹੀਦਾ ਹੈ ਕਿ ਅਗਰ ਵੱਖਵਾਦੀ ਆਵਾਜ਼ਾਂ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਉੱਠਦੀਆਂ ਨੇ, ਤਾਂ ਉਸ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਆਪਣੀਆਂ ਗੰਦੀਆਂ ਅਤੇ ਮਾੜੀਆਂ ਨੀਤੀਆਂ ਨੇ। ਜੇਕਰ ਸਰਕਾਰਾਂ ਦੀ ਨੀਅਤ ਚੰਗੀ ਹੋਵੇ, ਘੱਟ ਗਿਣਤੀਆਂ ਵਾਸਤੇ ਨੀਤੀਆਂ ਚੰਗੀਆਂ ਹੋਣ, ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਕਿਤੋਂ ਵੀ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਵੱਖਵਾਦੀ ਆਵਾਜ਼ਾਂ ਉੱਠ ਜਾਣ, ਨਕਸਲਵਾਦੀ ਹੋਣ ਜਾਂ ਕੋਈ ਹੋਰ ਧੜੇ ਦੇ ਵੱਖਵਾਦੀ। ਇਹ ਵੱਖਵਾਦੀ ਆਵਾਜ਼ਾਂ ਸਿਰਫ ਉਦੋਂ ਉੱਠਦੀਆਂ ਨੇ ਜਦੋਂ ਘੱਟ ਗਿਣਤੀਆਂ 'ਤੇ ਤਸ਼ੱਦਤਾਂ ਹੁੰਦੀਆਂ ਨੇ, ਕਿਸੇ ਦੇ ਅਧਿਕਾਰ ਮਾਰੇ ਜਾਂਦੇ ਨੇ, ਕਿਸੇ ਉੱਤੇ ਬੇਤਹਾਸ਼ਾ ਜ਼ੁਲਮ ਕੀਤਾ ਜਾਂਦਾ ਹੈ। ਅਤੇ ਜੇਕਰ ਭਾਰਤ ਦੀ ਆਵਾਮ, ਪੰਜਾਬ ਦੀ ਆਵਾਮ ਚਾਹੁੰਦੀ ਹੈ ਕਿ ਭਾਰਤ ਨੂੰ, ਪੰਜਾਬ ਨੂੰ ਇਸ ਮਾੜੇ ਦੌਰ 'ਚੋਂ ਬਾਹਰ ਕੱਢਿਆ ਜਾਵੇ, ਇਸ ਘਟੀਆ ਰਾਜਨੀਤੀ ਤੋਂ ਬਚਾਇਆ ਜਾਵੇ, ਤਾਂ ਆਗਾਮੀ ਚੋਣਾਂ ਦੇ ਵਿੱਚ ਆਵਾਮ ਦਾ ਆਪਣਾ ਫਰਜ਼ ਬਣਦਾ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੂੰ ਦਰਕਿਨਾਰ ਕਰਕੇ ਕਿਸੇ ਵੀ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਇਆ ਜਾਵੇ, ਭਾਰਤ ਦੀ ਸੱਤਾ 'ਤੇ ਕਾਬਜ਼ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੀ ਭਾਰਤ ਦੀ ਨੁਹਾਰ ਬਦਲੀ ਜਾ ਸਕੇ, ਘੱਟ ਗਿਣਤੀਆਂ ਦੇ ਹੱਕ ਬਚਾਏ ਜਾ ਸਕਣ, ਭਗਵਾਂ ਕਰਨ ਦੇ ਏਜੰਡੇ ਮੁਕਾਏ ਜਾ ਸਕਣ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।